ਕਰਕੇ ਦਿਨੇਸ਼ ਚੱਡਾ ਦੇ ਖਿਲਾਫ ਕੀਤੀ ਪ੍ਰੈਸ ਕਾਨਫਰੰਸ। ਵਿਧਾਨ ਸਭਾ ਰੋਪੜ ਤੋਂ ਆਮ ਆਦਮੀ ਪਾਰਟੀ ਲਈ ਪਿਛਲੇ 1 ਸਾਲ ਤੋਂ ਟਿਕਟ ਲਈ ਮਿਹਨਤ ਕਰ ਰਹੇ ਜਰਨੈਲ ਸਿੰਘ ਔਲਖ ਵੱਲੋਂ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਡਾ ਦੀ ਬਦੌਲਤ ਕੇਜਰੀਵਾਲ ਦੀ ਪਹਿਲੀ ਗਰੰਟੀ ਝੂਠੀ ਤੇ ਫੇਲ ਸਾਬਿਤ ਹੋਈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਰਨੈਲ ਸਿੰਘ ਔਲਖ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਕੀਤਾ। ਉਹਨਾਂ ਵੱਲੋਂ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਚੱਡਾ 'ਤੇ ਵੀ ਗੰਭੀਰ ਆਰੋਪ ਲਗਾਏ ਗਏ। ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਰੋਸ ਵਜੋਂ ਆਪਣਾ ਜਨਤਾ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ, ਸੁਨੇਹਾ ਦੇਣਾ ਚਾਹੁੰਦੇ ਹਾਂ ਹਲਕਾ ਰੋਪੜ ਦੇ ਲੋਕਾਂ ਨੂੰ ਕਿ ਸਾਨੂੰ ਪਾਰਟੀ ਨੇ ਹਮੇਸ਼ਾ ਇੱਕ ਗੱਲ ਕਹੀ ਕਿ ਇਹ ਜ਼ਿਮੀਂਦਾਰਾਂ ਦਾ ਹਲਕਾ ਹੈ, ਇਹ ਕਿਸਾਨਾਂ ਦਾ ਹਲਕਾ ਹੈ। ਇੱਥੇ ਜਿਹੜਾ ਟਿਕਟ ਹੈ ਉਹ ਕਿਸੇ ਕਿਸਾਨ ਨੂੰ ਹੀ ਮਿਲੇਗਾ, ਪਰ ਹੁਣ ਜਿਹੜਾ ਟਿਕਟ ਦੇ ਦਿੱਤਾ, ਪਾਰਟੀ ਦੀ ਕੀ ਮਜਬੂਰੀ ਹੋਈ, ਉਹ ਟਿਕਟ ਦੇ ਦਿੱਤਾ ਜਿਹੜੇ ਕਿਸਾਨਾਂ ਨੂੰ ਲੁੱਟਦੇ ਨੇ, ਜਿਹੜਾ ਕਿਸਾਨਾਂ ਨਾਲ ਬਲੈਕਮੇਲ ਕਰਦੇ ਨੇ, ਇੱਕ ਐਸੇ ਬੰਦੇ ਨੂੰ ਜਿਹੜਾ ਕਿ ਬਲੈਕਮੇਲਰ ਵਜੋਂ ਸਾਰਾ ਜ਼ਿਲ੍ਹਾ ਰੋਪੜ ਨੇ ਨੂਰ ਤੇ ਬੇਦੀ ਹਰ ਕੋਈ ਬੰਦਾ ਜਾਣਦਾ ਕਿ ਜਿਹੜਾ ਪਹਿਲਾਂ ਆਰਟੀਆਈ ਪਾਉਂਦਾ, ਫਿਰ ਉਹਦੀ ਖਬਰ ਲਵਾਉਂਦਾ, ਫਿਰ ਖਬਰ ਲਵਾ ਕੇ ਉਹਦੇ ਨਾਲ ਅਗਲੇ ਨਾਲ ਗੱਲ ਤਹਿ ਤਿੱਕੀ ਕਰਦਾ ਜਿਹੜਾ ਪੀੜਤ ਹੁੰਦਾ, ਫਿਰ ਸੌਦਾ ਕਰਕੇ ਉਹ ਮਸਲਾ ਮੁੱਕ ਜਾਂਦਾ। ਕੋਈ ਵੀ ਆਰਟੀਆਈ ਦਾ ਪਾਇਆ ਵਾ ਕੇਸ ਕਦੇ ਅੰਜਾਮ ਤੱਕ ਨਹੀਂ ਪੁੱਜਿਆ। ਤੇ ਨਾਲ ਹੀ ਪਾਰਟੀ ਨੂੰ ਅਸੀਂ ਚਾਰ ਬੰਦਿਆਂ ਨੇ, ਈਵਨ ਪੰਜਾਂ ਨੇ, ਕਮਲ ਕਿਸ਼ੋਰ ਸ਼ਰਮਾ, ਹਰਪ੍ਰੀਤ ਕਾਲੋਂ ਤੇ ਰਾਮ ਕੌਰ ਮੁਕਾਰੀ, ਜਰਨੈਲ ਸਿੰਘ ਔਲਖ, ਅਸੀਂ ਚੋਣੇ ਇਕੱਠਾ ਆ ਇੱਕ ਫੋਟੋ ਖਿੱਚ ਕੇ ਨਾਲ ਲਿਖ ਕੇ ਭੇਜਿਆ ਕਿ ਅਸੀਂ ਚਾਰੇ ਸਾਰੇ ਕੈਂਡੀਡੇਟ ਹਲਕੇ ਦੇ ਇਕੱਠੇ ਆ ਤੇ ਜਿਹਨੂੰ ਮਰਜ਼ੀ ਟਿਕਟ ਦੇ ਦਿਓ, ਕਿਸੇ ਵੀ ਬਲੈਕਮੇਲਰ ਨੂੰ ਛੱਡ, ਜਿਹੜਾ ਕਿ ਬਲੈਕਮੇਲਰ ਨਾਲ ਜਾਣਿਆ ਜਾਂਦਾ। ਪਾਰਟੀ ਨੇ ਐਸਾ ਕਰ ਦਿੱਤਾ ਕਿ ਮੁੜ ਕੇ ਕਿਸੇ ਐਸੇ ਬਲੈਕਮੇਲਰ ਨੂੰ ਟਿਕਟ ਦੇ ਦਿੱਤੀ। ਆਹ ਅਸੀਂ ਸਾਰਿਆਂ ਨੇ ਲਿਖ ਕੇ ਪਾਰਟੀ ਨੂੰ, ਚਾਰਾਂ ਦੀ ਫੋਟੋ ਹੈ, ਇਹ ਫੋਟੋ ਖਿੱਚ ਕੇ ਨਾਲ ਹੱਥ 'ਚ ਲੈਟਰ ਫੜ ਕੇ ਇਹ ਵਟਸਐਪ ਕੀਤਾ ਸੰਦੀਪ ਪਾਠਕ ਨੂੰ ਤੇ ਸਾਰੀ ਲੀਡਰਸ਼ਿਪ, ਤੇ ਉਹਨਾਂ ਨੇ ਇਹ ਚਾਹ ਉਹਨਾਂ 'ਤੇ ਅਸੀਂ ਦਿੱਤਾ। ਪੰਜ ਨੇ MLA ਅਮਰਜੀਤ ਸੰਧੋਆ ਨੇ ਵੀ ਇਹ ਪਾਰਟੀ ਨੂੰ ਅਲਟੀਮੇਟਮ ਦਿੱਤਾ ਕਿ ਜੇ ਚੱਡੇ ਨੂੰ ਟਿਕਟ ਦਿੱਤੀ ਤਾਂ ਕੋਈ ਵੀ ਇਸ ਦੇ ਨਾਲ ਨਹੀਂ ਚੱਲੇਗਾ ਤੇ ਨਾਲੇ ਜਿੱਤ ਨਹੀਂ ਸਕਦਾ, ਇਹ ਸੀਟ ਹਾਰ ਜਾਓ। ਮੈਂ ਅੱਜ ਵੀ ਕਹਿੰਦਾ ਕਿ ਪਾਰਟੀ ਤੋਂ ਮੈਂ ਬੇਨਤੀ, ਅਸੀਂ ਹਰ ਗੱਲ ਪਾਰਟੀ ਦੇ ਹਿੱਤ ਵਿੱਚ ਹੈ, ਪਾਰਟੀ ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਹਾਂ। ਜੇ ਪਾਰਟੀ ਟਿਕਟ ਬਦਲ ਦੇਵੇ ਤਾਂ ਪਾਰਟੀ ਇਹ ਸੀਟ ਜਿੱਤ ਸਕਦੀ ਹੈ, ਨਹੀਂ ਮੈਂ ਪਾਰਟੀ ਦੇ ਈਵਨ ਸੰਦੀਪ ਪਾਠਕ ਨੂੰ ਵੀ ਕਿਹਾ ਕਿ ਤੀਜੇ ਚੌਥੇ ਨੰਬਰ ਦੀ ਲੜਾਈ ਲੜੂਗਾ, ਔਰ ਉਸਨੂੰ ਉਹ ਮੈਂ ਕਹਿ ਸਕਦਾ ਜੇ ਉਹ ਐਸਾ ਕੰਮ ਹੋਣ ਜਾ ਰਿਹਾ, ਜੇ ਕਿਸਾਨਾਂ ਦਾ ਸਹੀ ਬੰਦਾ ਅੱਗੇ ਆ ਗਿਆ ਨੂਰ ਭਵੇਦੀ, ਤਾਂ ਮੈਂ ਸਮਝਦਾ ਜ਼ਮਾਨਤ ਵੀ ਆਪਣੀ ਬਚਾਉਣਾ ਇਹਨੂੰ ਔਖੀ ਹੋ ਜੂਗੀ, ਇਹ ਮੈਂ ਕਹਿ ਰਿਹਾ ਜ਼ਿੰਮੇਵਾਰੀ। ਤੇ ਮੈਂ ਹੁਣ ਵੀ ਪਾਰਟੀ ਨੂੰ ਬੇਨਤੀ ਕਰਦਾ, ਆ ਚੌਹਾਂ ਦੇ ਦਸਖਤ ਹੈ, ਦੋਹਾਂ ਇੱਕ ਲੈਟਰ ਵੀ ਭੇਜਿਆ ਸਾਈਨ ਕਰਕੇ, ਤੇ ਚੌਹਾਂ ਨੇ ਫੋਟੋ ਹੈ, ਪੰਜਵਾਂ MLA ਨਾਲ ਹੈ, ਉਹਨੇ ਪਾਰਟੀ ਨੇ ਕਿਸੇ ਦੀ ਵੀ ਨਹੀਂ ਮੰਨੀ। ਸ਼ਾਇਦ ਪਾਰਟੀ ਦੀ ਮਜਬੂਰੀ ਇਹ ਸੀ ਕਿ ਰਾਘਵ ਚੱਡਾ ਨਾਲ ਤਹਿ ਤਿੱਕੀ ਤੇ ਉਹਦੇ ਨਾਲ ਜੋ ਵੀ ਉਹਨਾਂ ਕਿਹਾ ਮੈਨੂੰ ਇੱਕ ਸੀਟ ਚਾਹੀਦੀ, ਉਹਨੂੰ ਇੱਕ ਸੀਟ ਕਾਹਦੇ ਚਾਹੀਦੀ, ਇੱਕ ਸੀਟ ਤੇ ਸਰਕਾਰ ਰਹਿ ਸਕਦੀ ਹੈ ਆਮ ਆਦਮੀ ਪਾਰਟੀ ਦੀ ਵੰਡ ਤੇ, ਜੇ ਇੱਕ ਸੀਟ ਤੇ ਸਰਕਾਰ ਰਹਿ ਗਈ ਤਾਂ ਉਹ ਰੋਪੜ ਦੀ ਸੀਟ ਹੋਊਗੀ, ਮੈਂ ਜ਼ਿੰਮੇਵਾਰੀ ਨਾ ਕਹਿ ਰਿਹਾ। ਤੇ ਅੱਜ ਵੀ ਪਾਰਟੀ ਨੂੰ ਅਸੀਂ ਇਹੋ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇਹ ਸੀਟ ਬਦਲ ਕੇ ਕਿਸੇ ਨੂੰ ਵੀ, ਮੈਂ ਨਹੀਂ ਮੰਗਦਾ ਵੀ ਮੈਨੂੰ ਕਿਸੇ ਵੀ ਕਿਸਾਨ ਨੂੰ, ਕਿਸੇ ਮਜ਼ਦੂਰ ਨੂੰ, ਜਿਹੋ ਜਿਹੇ ਹਲਕੇ ਦੀ ਬਣਤਰ ਹੈ ਉਹੋ ਜਿਹੇ ਕਿਸੇ ਕੈਂਡੀਡੇਟ ਨੂੰ ਟਿਕਟ ਦੇਵੇ ਤਾਂ ਸੀਟ ਜਿੱਤ ਸਕਦੀ ਹੈ, ਨਹੀਂ ਤਾਂ ਪਾਰਟੀ ਨੇ ਸੀਟ ਪਹਿਲਾਂ ਹੀ ਗਵਾ ਲਈ ਆਪਣੀ। ਕਿੰਨੀ ਦੇਰ ਤੋਂ ਤੁਸੀਂ ਪਾਰਟੀ ਦੇ ਵਿੱਚ? ਮੈਂ 6-7 ਸਾਲ ਤੋਂ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਦਾ ਹੈ, ਮੈਂ 17 ਚ ਇਲੈਕਸ਼ਨ ਹੋਇਆ, 15-16 ਚ ਆਇਆ ਸੀ। ਜਦੋਂ ਸਵਾਲ ਇਹ ਉੱਠਦੇ ਵੀ ਜਦੋਂ ਉਹਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਸੀ, ਉਹਨੂੰ ਪੰਜਾਬ ਦਾ ਲਾਇਆ ਕਨਵੀਨਰ, ਉਦੋਂ ਤਾਂ ਤੁਸੀਂ ਕੋਈ ਨੀ ਬੋਲੇ ਕਿ ਅੱਜ ਟਿਕਟ ਨੂੰ ਲੈ ਕੇ ਬੋਲ ਰਹੇ ਹੋ, ਉਦੋਂ ਕਿਉਂ ਨੀ ਬੋਲੇ? ਮੈਂ ਦੱਸਣ ਲੱਗਾ ਵੀ ਉਹ ਤੇ ਵਿਰੋਧ ਨੀ ਕੀਤਾ। ਬਿਲਕੁਲ ਠੀਕ ਹੈ, 250-300 ਬੰਦੇ ਨੇ ਚੰਡੀਗੜ੍ਹ ਜਾ ਕੇ ਧਰਨਾ ਲਾਇਆ,
ਉਹਨੂੰ ਪ੍ਰਧਾਨਗੀ ਨੂੰ ਹਟਾਉਣ ਵਾਸਤੇ ਪਾਰਟੀ ਨੂੰ ਮਜਬੂਰ ਕਰ ਦਿੱਤਾ। ਉਹ ਪਾਰਟੀ ਦਾ ਕੋਲ ਰਿਕਾਰਡ ਹੈ ਕਿ ਉਹਦੇ ਵਿੱਚ ਰਣਜੀਤ ਸਿੰਘ ਐਂਡ ਸਭ ਅਦਰ ਹਰਪ੍ਰੀਤ ਐਂਡ ਅਦਰ ਸਾਰੀ ਪਾਰਟੀ ਦੇ ਲੋਕ ਉੱਥੇ ਨੇ ਧਰਨੇ ਲਾ ਕੇ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਇਹਨੂੰ ਪ੍ਰਧਾਨਗੀ ਤੋਂ ਹਟਾ ਦੇਵਾਂਗੇ ਤੇ ਆਉਂ ਪ੍ਰਧਾਨਗੀ ਦੇ ਹਟਾਇਆ। ਇਹ 250-300 ਬੰਦਾ ਉਹ ਵੀ ਰੋਪੜ ਹਲਕੇ ਦਾ ਸੀ, ਕੋਈ ਪੁਰਾਣਾ ਵਰਕਰ ਉਹਦੇ ਨਾਲ ਤੁਰਨ ਨੂੰ ਤਿਆਰ ਨਹੀਂ, ਕੋਈ ਲੀਡਰ ਉਸ ਨਾਲ ਤੁਰਨ ਨੂੰ ਤਿਆਰ ਨਹੀਂ ਤੇ ਵੋਟਾਂ ਕਿਤੇ ਉੱਪਰੋਂ ਥੋੜਾ ਆਉਣੀਆਂ ਪਾਰਟੀ ਦੀਆਂ। ਪਾਰਟੀ ਦੀਆਂ ਵੋਟਾਂ ਅਸੀਂ ਲੋਕਾਂ ਨੇ ਮੋਬਲਾਈਜ਼ ਕਰਨੀਆਂ, ਅਸੀਂ ਇਹਦੇ ਨਾਲ ਲਿਖ ਕੇ ਦਿੱਤਾ ਵੀ ਇਹਦੇ ਨਾਲ ਅਸੀਂ ਨਹੀਂ ਤੁਰਾਂਗੇ, ਇਹਦੀ ਅਸੀਂ ਮਦਦ ਨਹੀਂ ਕਰਾਂਗੇ। ਜੇ ਪਾਰਟੀ ਸੀਟ ਬਦਲ ਦੇਵੇ ਤਾਂ ਅਸੀਂ ਜਿਹਨੂੰ ਮਰਜ਼ੀ ਦੇ ਦੇਵੇ ਪਾਰਟੀ ਨੂੰ ਜਿਤਾ ਕੇ ਸੀਟ ਦੇਵਾਂਗੇ, ਤੋੜੀ ਜਵਾਬ। ਅੱਛਾ ਤੁਸੀਂ ਦੋਸ਼ ਲਾਏ, ਤੁਸੀਂ ਦੋਸ਼ ਲਾਏ ਬਲੈਕਮੇਲਿੰਗ, ਇਹਦਾ ਕੋਈ ਸਬੂਤ ਹੈਗਾ ਤੁਹਾਡੇ ਕੋਲ? ਕੋਈ ਕਿੰਨਾ ਸਬੂਤ ਤਾਂ ਪੇਸ਼ ਕਰੋ। ਹਾਂ ਮੈਂ ਬਲੈਕਮੇਲਿੰਗ ਦੇ ਸਬੂਤ ਜਿਹੜਾ ਬੰਦਾ ਤੁਸੀਂ ਦੇਖਦੇ ਹੋ ਆਮ ਦਫਤਰਾਂ ਚ ਕਿ ਜਿਹੜੇ ਵਿਜੀਲੈਂਸ ਵਾਲੇ ਆ ਵਿਚਾਰੇ ਉਹ ਫੜਦੇ ਆ ਪਟਵਾਰੀ ਨੂੰ, ਉਹ ਫੜਦੇ ਆ ਮੁਨਸ਼ੀ ਨੂੰ, ਵੱਧ ਤੋਂ ਵੱਧ ASI ਨੂੰ। ਕਦੇ ਕੋਈ ਹਾਇਰ ਅਫਸਰ ਫੜਿਆ ਵਾ ਦੇਖਿਆ ਪੰਜਾਬ ਚ? ਬਲੈਕਮੇਲਿੰਗ ਤਾਂ ਅੰਡਰਗਰਾਊਂਡ ਹੁੰਦੀ ਹੈ, ਉਹਦਾ ਕੋਈ ਦਸਤਾਵੇਜ਼ ਨਹੀਂ ਹੁੰਦਾ, ਇਹ ਲੋਕਾਂ ਚ ਪੱਕਾ ਹੁੰਦਾ, ਧਾਰਨਾ ਹੁੰਦੀ। ਨੂਰ ਬੇਦੀ ਜਾ ਕੇ ਤੁਸੀਂ ਸਰਵੇ ਕਰ ਲਓ, ਐਵਰੀਬਾਡੀ ਸੇ ਕਿ ਉਹ ਬਲੈਕਮੇਲਰ, ਸਾਰੇ ਬਲੈਕਮੇਲਰ। ਤੁਸੀਂ ਧਾਰਨਾ ਦੇ ਆਧਾਰ ਤੇ ਕਹਿ ਰਹੇ ਹੋ, ਕੋਈ ਐਵੀਡੈਂਸ ਨਹੀਂ ਲੋਕਾਂ ਚ ਪਾਈ ਜਾ ਰਹੀ 100% ਸੱਚਾਈ ਦੀ। ਤੁਸੀਂ ਕਹਿ ਰਹੇ ਹੋ ਕੱਲ ਨੂੰ ਕੋਈ ਅਦਾਲਤ ਵਿੱਚ ਕੇਸ ਆ ਜਾਂਦਾ ਤਾਂ ਉੱਥੇ ਤੁਸੀਂ ਕੀ ਸ਼ੋਅ ਕਰੋਗੇ ਵੀ ਬਲੈਕਮੇਲਿੰਗ? ਅਸੀਂ ਮੈਂ ਭਾਈ ਵੀ ਕਹਿੰਦਾ ਕੋਈ ਪ੍ਰੂਫ ਤਾਂ ਦੇਣਾ ਪਊਗਾ ਲੋਕਾਂ ਦੇ ਸਿਰ ਤੇ ਨਾ। ਚਲੋ ਤੁਸੀਂ ਆਪ ਕਹਿ ਰਹੇ ਹੋ ਤਸਲ ਇਹ ਬਲੈਕਮੇਲਿੰਗ ਦਾ ਸਬੂਤ ਵੀ ਦੱਸੋ। ਜੇ 500-600 ਕੇਸ ਹੋਣਾ 100 ਚ ਕੇਸ ਅਟੇ ਦੇ ਪਾਏ, ਕੋਈ ਇੱਕ ਕੇਸ ਅੰਜਾਮ ਤੱਕ ਪਹੁੰਚਾ ਦਾ ਦੋ, ਤੁਸੀਂ ਕੋਈ ਉਹਨਾਂ ਕੇਸਾਂ ਵਿੱਚ ਕੋਈ ਬੰਦਾ ਪੇਸ਼ ਕਰੋ ਨਾ ਜਿਹਦੇ ਪੈਸੇ ਮੰਗੇ ਹੋਣ ਜਾਂ ਕੋਈ ਬਲੈਕਮੇਲਿੰਗ ਕੀਤੀ ਹੋਵੇ। ਉਹ ਗੱਲ ਸੁਣੋ, ਰਾਤ ਨੂੰ ਟਰੱਕ ਜਾਂਦੇ ਉਹਦੇ ਰੇਤੇ ਦੇ, ਉਹਨਾਂ ਤੋਂ ਵੀ ਰਸਤੇ ਚ ਤੁਹਾਨੂੰ ਪਤਾ ਰਿਕਵਰੀ ਹੁੰਦੀ ਹੈ, ਕੋਈ ਸਬੂਤ ਨਹੀਂ ਦਿੰਦਾ, ਕੋਈ ਲਿਖ ਕੇ ਨਹੀਂ ਦਿੰਦਾ ਮੈਂ ਲੈ ਲੈ, ਐਸਾ ਨਹੀਂ ਹੁੰਦਾ। ਇਹ ਇੱਕ ਗੱਲ ਹੋਰ ਹੈ, ਇਹ ਅਸੀਂ ਅੱਜ ਨਹੀਂ ਕਹਿ ਰਹੇ, ਅਸੀਂ ਪਾਰਟੀ ਨੂੰ 1.5-2 ਮਹੀਨੇ ਪਹਿਲਾਂ ਲੇਖਾ ਦੇ ਦਿੱਤਾ। ਨਹੀਂ ਤਾਂ ਪਾਰਟੀ ਨੂੰ ਸਬੂਤ ਪੇਸ਼ ਕਰਿਆ, ਸਬੂਤ ਪਾਰਟੀ ਨੂੰ ਸਬੂਤ ਤਾਂ ਹੁਣ ਵੋਟਾਂ ਨੇ ਦੱਸ ਦੇਣਾ। ਤੇ ਆ ਜਿਹੜੇ ਦੋਸ਼ ਲਾ ਰਹੇ ਹੋ ਜੇ ਕੱਲ ਨੂੰ ਕੋਰਟ ਦੇ ਵਿੱਚ ਚੱਡਾ ਪਾਉਂਦਾ ਤਾਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਮੈਂ ਜ਼ਿੰਮੇਵਾਰੀ, ਮੇਰੀ ਗੱਲ ਸੁਣੋ, ਮੈਂ ਥੋੜਾ ਗੱਲ ਕਹਿਣਾ, ਸਾਰੀ ਦੁਨੀਆ ਕਹਿੰਦੀ। ਇਸ ਟਾਈਮ ਤੁਸੀਂ ਕਹਿ ਰਹੇ ਹੋ, ਇਸ ਟਾਈਮ ਕੋਈ ਦੁਨੀਆ ਨਹੀਂ ਕਹਿ ਰਹੀ। ਮੈਂ ਕਹਿ ਰਿਹਾ ਨਹੀਂ ਕੋਈ ਦੁਨੀਆ, ਬਿਲਕੁਲ ਠੀਕ ਹੈ। ਮੈਂ ਅੱਜ ਵੀ ਕਹਿ ਰਿਹਾ ਉਹ ਬਲੈਕਮੇਲਰ ਹੈ, ਬਲੈਕਮੇਲਰ ਦਾ ਟਿਕਟ ਕਰਕੇ ਪਾਰਟੀ ਕੇ ਸਾਫ ਸੁਥਰੇ ਅਕਸ ਦੇ ਬੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਕੋਰਟ ਦੇ ਵਿੱਚ ਜਾ ਕੇ ਕਹਿਣ ਦੀ ਗੱਲ। ਮੈਂ ਕਹਿੰਦਾ ਮੈਂ ਹਰ ਜ਼ਿੰਮੇਵਾਰੀ ਜਦੋਂ ਪ੍ਰੈਸ ਚ ਮੈਂ ਉਹਨੇ ਬੋਲ ਰਿਹਾ ਵਿੱਚ ਮੇਰੀ ਜ਼ਿੰਮੇਵਾਰੀ ਹੈ, ਪਾਰਟੀ ਨੂੰ ਬੇਨਤੀ ਹੈ ਪਾਰਟੀ ਟਿਕਟ ਬਦਲੂਗੀ, ਸਾਡੇ ਕੋਲ ਮੈਸੇਜ ਆ ਰਹੇ ਨੇ, ਪਾਰਟੀ ਟਿਕਟ ਬਦਲੂਗੀ, ਪਾਰਟੀ ਸੀਟ ਜਿੱਤ ਸਕਦੀ ਹੈ, ਨਹੀਂ ਅਸੀਂ ਇਹਦੀ ਮਦਦ ਨਹੀਂ ਕਰਾਂਗੇ। ਪਾਰਟੀ ਪਲੇਟਫਾਰਮ ਦੇ ਉੱਤੇ ਜਾ ਕੇ ਵੀ ਇਹ ਗੱਲ ਨੂੰ ਰੱਖਿਆ ਹੈਗਾ? ਬਿਲਕੁਲ, ਕਿਸ ਤਰੀਕੇ ਨਾਲ ਰੱਖਿਆ? ਬਿਲਕੁਲ ਰੱਖਿਆ, ਸੰਦੀਪ ਪਾਠਕ ਨੂੰ ਰੱਖਿਆ। ਅੱਜ ਕੇਜਰੀਵਾਲ ਚੰਡੀਗੜ੍ਹ ਆਏ ਸੀ, ਤੁਸੀਂ ਉੱਥੇ ਮਿਲਣਾ ਸੀ ਕੇਜਰੀਵਾਲ ਨੂੰ? ਤਾਂ ਘੇਰਾ ਪੁਲਿਸ ਦਾ ਪਿਆ, ਬੰਦੇ ਉਹਨੂੰ ਕੌਣ ਮਿਲਣ ਦਿੰਦਾ? ਗੱਲ ਨਹੀਂ ਸਮਝਦੇ, ਅਸੀਂ ਆਪਣਾ ਥਰੂ ਪ੍ਰੋਪਰ ਚੈਨਲ ਹੀ ਭੇਜਣਾ। ਰਾਘਵ ਚੱਡਾ ਜਿਹੜੇ ਹੈਗੇ ਨੇ ਸ਼ਾਇਦ ਚਾਰਜ ਪੰਜਾਬ ਦੇ ਹੈਗੇ ਨੇ, ਰਾਘਵ ਚੱਡਾ ਕਹਿ ਰਹੇ ਵੀ ਟਿਕਟ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਉਹਨੇ ਟਿਕਟ ਜਿਹੜੀ ਹੈ ਉਹਨੇ ਸਾਰਾ ਰਾਘਵ ਚੱਡਾ ਕੋਲ ਆਪਣੀ ਗੱਲ ਕੀ ਹੋਇਆ ਰੱਖੀ ਹੈ, ਕਨਫਿਊਜ਼ਨ ਕਿੱਥੇ? ਉਹ ਕਨਫਿਊਜ਼ਨ ਤਾਂ ਇੱਦਾਂ ਕਿ ਉਹਦੀ ਮਜਬੂਰੀ ਚੱਡਾ ਸੀ, ਚੱਡਾ ਨੇ ਚੱਡਾ, ਉਹਦੀ ਮਜਬੂਰੀ ਇਹੋ ਸੀ, ਉਹਨਾਂ ਪਾਰਟੀ ਦਾ ਹਿੱਤ ਨਹੀਂ ਦੇਖਿਆ, ਪਾਰਟੀ ਦੀ ਸੀਟ ਜਿਤਨੀ ਹਾਰਨੀ ਨਹੀਂ ਦੇਖੀ, ਉਹਨਾਂ ਆਪਣੇ ਜੋ ਉਹਦਾ ਪ੍ਰੋਮਿਸ ਸੀ ਉਹਨਾਂ ਕੀਤਾ ਵਾ ਉਸ ਹਿਸਾਬ ਨਾਲ ਸੀਟ। ਅੱਛਾ ਟਿਕਟ ਨਹੀਂ ਬਦਲਦੀ ਤਾਂ ਫਿਰ ਅਗਲਾ ਸਟੈਪ ਕੀ ਹੈ, ਕਿਹੜੀ ਪਾਰਟੀ ਜਾਣਾ? ਅਗਲਾ ਸਟੈਪ ਤੁਹਾਡਾ ਸਾਹਮਣਾ ਆ ਜਾਣਾ ਵੀ ਉਹ ਚੌਥੇ ਨੰਬਰ ਤੇ ਆਊਗਾ। ਨਹੀਂ, ਬੱਸਾਂ ਕਈ ਤਿਆਰ ਆ, ਕਈ ਪਾਰਟੀ ਦੀ ਭਾਜਪਾ ਦੀ ਬੱਸ ਵੀ ਖੜੀ ਆ ਤੇ ਆਪਣੀ ਕੈਪਟਨ ਸਾਹਿਬ ਦੀ ਬੱਸ ਵੀ ਛੋਟੀ ਹੋਵੇ ਭਾਵੇਂ ਮਿੰਨੀ ਬੱਸੇ ਹੋਵੇ ਤੇ ਢੀਂਡਸਾ ਸਾਹਿਬ ਦੀ ਬੱਸ ਵੀ ਖੜੀ ਆ, ਹੋਰ ਕਈ ਬੱਸਾਂ ਨੇ, ਕਿਹੜੀ ਚ ਚੜ੍ਹਨ ਦੀ ਤਿਆਰੀ ਆ? ਚੜ੍ਹਨਾ ਨਾ ਚੜ੍ਹਨਾ ਤਾਂ ਬਾਅਦ ਦੀ ਗੱਲ, ਇਹ ਸੀਟ ਬਦਲੀ ਜਾਣੀ ਹੈ, ਜੇ ਨਾ ਬਦਲੀ ਜਾਊਗੀ ਫਿਰ ਦੱਸਾਂਗੇ। ਅੱਛਾ, ਜੇ ਸੀਟ ਬਦਲੀ ਜਾਂਦੀ ਕੀ ਗਰੰਟੀ ਹੈ ਵੀ ਤੁਸੀਂ ਤੋਂ ਬਾਅਦ ਵੀ ਜਿਹੜੀ ਹੈਗੀ ਵਿਰੋਧ ਨਹੀਂ ਕਰੋਗੇ? ਗਰੰਟੀ ਹੈ, ਨਹੀਂ ਜੇ ਕਿਸੇ ਹੋਰ ਨੂੰ ਦੇਤੀ ਮੰਨ ਲਓ ਫਿਰ ਤੁਸੀਂ ਵਿਰੋਧ ਕਰੋਗੇ? ਨਾਲ ਖੜੋਗੇ? ਨਾਲ ਖੜੂੰਗਾ, ਕਿਸੇ ਨੂੰ ਵੀ ਦੇਤੀ, ਜਿਹਨੂੰ ਮਰਜ਼ੀ ਦੇ ਦੇ, ਤੇ ਬਾਹਰ ਪੱਠੇ ਵਾਲੇ ਨੂੰ ਦੇ ਦੇਵੇ। ਮੈਂ ਕਿਹਾ ਬਾਹਰ ਪੱਠੇ ਵਾਲੇ ਹਲਕੇ ਦੇ, ਹਲਕੇ ਦੇ, ਹਾਂ ਦੇਖੋ ਵੱਡੀ ਗੱਲ, ਚੱਡੇ ਤੋਂ ਇਲਾਵਾ ਹਲਕੇ ਦੇ ਕਿਸੇ ਨੂੰ ਨਹੀਂ। ਰਣਜੀਤ ਸਿੰਘ ਸੈਣੀ ਬੈਠਾ ਪਟਿਆਲਾ ਵਾਲੇ, ਇਹ ਪਾਰਟੀ ਦਾ ਰੋਪੜ ਸ਼ਹਿਰ ਵਿੱਚ ਇੱਕ ਚਿਹਰਾ, ਇਹਨੂੰ
भी जलील किया गया पार्टी वालों। पार्टी के बहुत ही लोग जो मैं कहना जो सचो सच है कोई लीडर नहीं केवल ते केवल तनखाहदार लोग आए दे एक मास्टर वांग स्कूल मास्टर वांग काम देंदे ने ते शाम नूं पुछदे ने क्या कीता दैट्स ऑल। इनकलूडिंग काम किया लाख रुपए ला दिता पार्टी उन्हां नूं पार्टी ने कंसिडर तक नहीं उन्हां नूं पुछिया तक नहीं उन्हां नूं हड़ जट दस दूंगा कि जनता क्या हुंदी है जनता किहो जिहा कैंडीडेट चाहुंदी है ऐसा होण जा रहा दशमेश में कौतक बरताऊगा ना चढ़ा रहू ना चीमा कुछ हो रही हो जा रहा। अच्छा भाजपा समझौता हो सकता किसी ना नहीं हो सकता कोई ना कोई किसान का पुत आऊ एम एल ए भाजपा भाजपा की बस चढ़ोगे यही गल है कल नू क्या होना कल का किसी नही पता मतलब संभावना कोई संभावना नहीं है गल है पार्टी के हित में पार्टी के चढ़ती कला पार्टी सरकार बनाने वास्ते यह अपील कर कि सीट बदलो ये जितनी है नहीं जितनी कली सीट नहीं बहुत दूर दूर तक सेक जाऊंगा जाकर पटियाले तक कोई कोई भाग आले जीतू किसान दे पुत आली गल है यह हलका किसाना का यह हलका पेंडुआ का है यह हलका किसी मतलब बीजेपी वर्गे लोगों का नहीं है सानू तो लोग ये भी पुछते ला मैनू रणजीत सिंह होनी गल दसी कहना मैनू दो तीन बंदे का पूछे बंदा पंजाब का कि बाहर का है ओदी चेहरे मोहरे तो पता लगता ना इन पूछा किसी ने बंदा चढ़ा पंजाब का कि यूपी का ये भी पूछा लोग तो सवाल करते है ना जी। अच्छा सरदार जरनैल सिंह औलख ने किस आधार ते आपकी टिकट का दावा किया सी मैं पिछले सात साल तो पार्टी च कदे एक अखर पार्टी के खिलाफ नहीं किया कदे पार्टी के बाहर नहीं गए पार्टी की वर्किंग की पार्टी ने मैं एक्टिवेट किया कह के कि किसानों का हलका किसान के पुत मिलना मैं साल पहला शुरू करता मैं ही नहीं पार्टी भी साल डेढ़ साल तो ही बाहर वाले जो आए दिल्ली वाले उदो तक पार्टी का एक्टिवेट करना शुरू किया जी गल तुम पुछते की पुछे दसो जी किस आधार से दावा किया टिकट लैण का टिकट लैण का दावा ही साडा है चेटे तो होने नहीं चाहिए इन्होंने भी बार पार्टी छड़ी कदे खरे दे पिछे कदे खरे दे मूहरे कदे पार्टी डैमेज करने वास्ते एफ आई आर ना कराई इन्हें पार्टी ना किसी दे लान दा पार्टी के खिलाफ ही ना ईवन एज आई नो नॉन ना कन्फर्मेशन इन्हें दिल्ली वाले ते भी कई एफ आई आर कराई दुर्गेश ते भी एफ आई आर कराई अच्छा एक बाद विच रौला पैंदा है टिकटा बिकिया कोई इथे भी एदां दा कोई हैगा देखो चांस लगदा सानू एदां दा नहीं पता पर तय चिक्की चटा चटे की चटे नाल होई है नहीं तो टिकट किसी किसान दे पुत नूं मिलदी परचे पुची मतलब मतलब है यह पार्टी के खिलाफ बोलता रहा पार्टी के खिलाफ चलता रहा कदे पार्टी छड गया कदे पार्टी आ गया पिछली बारी इन्होंने जानी परचे कराए सी उन्होंने कोई मेरा मतलब है परचे भी कराए हो गए जो मेनू देखो ये मेरी कन्फर्मेशन नहीं मेरे को सबूत अज नहीं है मेनू दसिया गया लोगों वालों आप दे लोगों वालों दसिया गया इन्हें हाई कमांड से भी परचे कराए इन्हें हाई कमांड नू बुरा भला भी बोलिया इन्हें हाई कमांड दे छड़ के भी चल गया फिर खेरे तो मोहरा मोहरा भी नचता फिरिया बाकी जिहड़े बंदे जिन्ने वर्कर पार्टी दे भी लगातार रणजीत सिंह वर्गे बैठे ने उन्हां नू जलील भी किया ये छे महीने सत महीने प्रधान रहा लोगों का बड़ा धरना मार के इन प्रधानगी तो हटाया जे 250-300 बंदे ना रोपड़ के ना प्रधानगी तो हटा दिता ये एम एल ए कि बन सकता नहीं बन सकता
ਇੱਥੇ ਐਮਸੀ ਦੇ ਇਲੈਕਸ਼ਨ ਚ ਕਹਿ ਕੇ ਵੋਟਾਂ ਲੈ ਕੇ ਉਹਨੂੰ ਪਤਾ ਉਹਨੂੰ ਕੈਂਡੀਡੇਟ ਨਹੀਂ ਲੱਭੇ ਨਹੀਂ ਹੁਣ ਕਿੰਨੇ ਕੁ ਬੰਦੇ ਜਾ ਰਹੇ ਉੱਥੇ ਲਿਖਤੀ ਰੂਪ ਚ ਲੈ ਕੇ ਇਹਨੂੰ ਟਿਕਟ ਵਾਪਸ ਕੀਤੀ ਜਾਵੇ ਲਿਖਤੀ ਰੂਪ ਚ ਅਸੀਂ ਲੈ ਕੇ ਕਿੱਥੇ ਜਾਣਾ ਅਸੀਂ ਤਾਂ ਆਵਾਜ਼ ਤੁਹਾਡੇ ਦਾਣੀ ਪਾਰਟੀ ਪਲੇਟਫਾਰਮ ਨੂੰ ਫੋਨ ਕਰਕੇ ਕਹਿ ਦਾਂਗੇ ਅਸੀਂ ਕਾਹਨੂੰ ਖੇ ਖਰਾਬ ਹੋਣਾ ਪਾਰਟੀ ਨੂੰ ਪਤਾ ਜੇ ਪਾਰਟੀ ਨਾਲ ਸੀਟ ਜਿੱਤਣੀ ਬਦਲ ਦੂਗੀ ਨਹੀਂ ਰਿਜ਼ਲਟ ਸਾਹਮਣੇ ਆ ਜਾਣਾ ਕਮਲ ਕਿਸ਼ੋਰ ਵਰਗੇ ਬੰਦੇ ਜਿਨ੍ਹਾਂ ਨੇ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਜੋਂ ਕੰਮ ਕੀਤਾ ਸ਼ੁਰੂਆਤ ਕੀਤੀ ਉਹ ਵੀ ਇਹਦੇ ਵਿੱਚ ਖੜਾ ਰਾਘਵ ਚੱਡੇ ਨੂੰ ਬਾਰ ਬਾਰ ਕਹਿ ਰਹੇ ਹੋ ਸਰਵੇ ਵੀ ਮੈਨੇਜ ਹੋ ਰਹੇ ਜੇ ਇਹਦਾ ਸਬੂਤ ਲੈਣਾ ਇਹਦੇ ਸਬੂਤ ਮੈਨੂੰ ਸੰਦੋਏ ਨੇ ਦਿਖਾਏ ਇੱਕ ਪਿੰਡ ਦੇ ਸਾਰੇ ਫੋਨ ਉਹਨੇ ਕਿਹਾ ਅਸੀਂ ਆਪ ਪਾਰਟੀ ਨਾਲ ਉਹ ਮੋਹਰਾ ਲਿਖ ਦਿੰਦੇ ਚੱਡਾ ਜਿਹੜੇ ਉਹ ਨੰਬਰ ਉਹ ਕੋਲ ਲਿਸਟ ਹੈ ਨੰਬਰ ਜੀ ਯੂ ਕੱਟੇ ਜਦੋਂ ਧਾਂਦਲੀ ਦਾ ਆਰੋਪ ਲਾ ਰਿਹਾ ਸੀ ਹਾਂ ਧਾਂਦਲੀ ਦਾ ਹੋਈ ਹੈ ਤਾਂ ਹੀ ਉਦਾਂ ਹੋਇਆ ਅੱਛਾ ਜੇ ਸੀਟ ਨਹੀਂ ਬਦਲੀ ਜਾਂਦੀ ਤੁਸੀਂ ਫਿਰ ਅਖੀਰ ਨੂੰ ਪਾਰਟੀ ਦਾ ਫੈਸਲਾ ਮੰਨੋਗੇ ਵੀ ਚੱਡੇ ਦੀ ਮਦਦ ਕਰਨੀ ਹੈ ਬਿਲਕੁਲ ਨਹੀਂ ਮੰਨਾਂਗਾ ਇਹ ਚੱਲੇ ਵਿਰੋਧ ਕਰੂੰਗੇ ਮੈਂ ਕਿਹਾ ਵਿਰੋਧ ਹੋਣਾ ਪੂਰਾ ਐ ਦੇਖਿਓ ਆਊਗਾ ਚੌਥੇ ਥਾਂ ਤੇ ਪੱਕਾ ਗੱਲ ਹੈ ਨਹੀਂ ਫਿਰ ਐਂਟੀ ਪਾਰਟੀ ਐਕਟੀਵਿਟੀਜ਼ ਨਹੀਂ ਹੋਣਗੀਆਂ ਤੁਹਾਡੀਆਂ ਉਹ ਪਾਰਟੀ ਐਕਟੀਵਿਟੀ ਪਾਰਟੀ ਇਹਦਾ ਮੰਨਦੀਆਂ ਰਿਜ਼ਲਟ ਮਨਾਓ ਪਾਰਟੀ ਨੂੰ ਨਹੀਂ ਵਿਰੋਧ ਤਾਂ ਹਲਕਾ ਉਹਦਾ ਇੱਕ ਸੰਦੋਆ ਵੀ ਨਹੀਂ ਕਰ ਰਿਹਾ ਕਹਿੰਦਾ ਮੈਂ ਵੋਟ ਤਾਂ ਮੈਂ ਪਾਉਂਗਾ ਚਲੋ ਉਹ ਪਾਵੇ ਅਸੀਂ ਤਾਂ ਆਪਣੇ ਸਟੈਂਡ ਤੇ ਖੜੇ ਆ ਚਾਰ ਬੰਦਿਆਂ ਨੇ ਲੇਖਾ ਦਿੱਤਾ ਹੈ ਜੀ ਚੱਡੇ ਦੇ ਕਿੰਨੇ ਕੁ ਚਾਂਸ ਲੱਗਦੇ ਆ ਜਿੱਤਣ ਦੇ ਜਿਹੜੀ ਆਪਣੀ ਪਾਰਟੀ ਬਣਾ ਰਹੇ ਉਹ ਕਿਸਾਨ ਉਧਰੋਂ ਖੜਾਉਣਾ ਜਾਂ ਆਜ਼ਾਦ ਖੜਾਉਣਾ ਕੌਣ ਖੜਾਉਣਾ ਕਿੱਦਾਂ ਖੜਾਉਣਾ ਜਿੱਤੂਗਾ ਕਿਸਾਨ ਜਿੱਤੂਗਾ ਕਿਸਾਨ ਕੋਈ ਹੋਵੇ ਇਹ ਗੱਲ ਪੱਕੀ ਦੱਸ ਚੁੱਕਿਆ ਜੀ ਬਈ ਜਿਹੜੀ ਵੀ ਟਿਕਟ ਰੋਪੜ ਹਲਕੇ ਨੂੰ ਦੇਣੀ ਉਹ ਇਮਾਨਦਾਰ ਹੋਵੇ ਕਿਉਂਕਿ 20-22 ਦਿਨ ਪਹਿਲਾਂ ਹੀ ਪਤਾ ਲੱਗ ਗਿਆ ਜੀ ਪਾਰਟੀ ਗਲਤ ਬੰਦੇ ਨੂੰ ਟਿਕਟ ਦੇ ਰਹੀ ਹੈ ਇਸ ਕਰਕੇ ਆਪਾਂ ਪਿੱਛੇ ਹਟ ਗਏ ਜੀ ਇਮਾਨਦਾਰੀ ਦਾ ਸਰਟੀਫਿਕੇਟ ਕੀ ਤੋਂ ਜਾਰੀ ਹੋਇਆ ਹੋਣਾ ਚਾਹੀਦਾ ਇਮਾਨਦਾਰੀ ਲੋਕ ਦੱਸਦੇ ਨੇ ਲੋਕਾਂ ਨੇ ਲੋਕਾਂ ਤੋਂ ਤਾਂ ਵੋਟਾਂ ਚ ਪਤਾ ਲੱਗਦਾ ਤੁਹਾਡਾ ਸਟੈਂਡ ਕਿਹਾ ਤੁਸੀਂ ਕਹਿੰਦੇ ਸੀ ਦੇਖੋ ਗੱਲ ਇੱਦਾਂ ਏ ਪਾਰਟੀ ਨੂੰ ਕਿਹਾ ਤਾ ਵੀ ਜੇ ਪਾਰਟੀ ਗਲਤ ਬੰਦੇ ਨੂੰ ਟਿਕਟ ਦਿੰਦੀ ਮੈਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਵਾਂਗਾ ਪਰ ਲੇਕਿਨ ਪਾਰਟੀ ਨਾਲ ਸਾਡੀ ਇੱਕ ਵੀ ਵਰਕਰ ਦੀ ਨਹੀਂ ਸੁਣੀ ਤਾਂ ਪਾਰਟੀ ਨੇ ਫਿਰ ਟਿਕਟ ਦੇ ਦਿੱਤੀ ਪਰ ਮੈਨੂੰ ਲੋਕਾਂ ਨੇ ਕਿਹਾ ਵੀ ਆਤਮ ਹੱਤਿਆ ਨਾ ਕਰ ਇਹ ਤੂੰ ਆਜ਼ਾਦ ਕਰਕੇ ਇਲੈਕਸ਼ਨ ਲੜ ਇਹ ਵੀ ਆਤਮ ਹੱਤਿਆ ਦੇ ਬਰਾਬਰ ਆ ਵੀ ਟਿਕਟ ਵਾਪਸ ਲੈਂਦੇ ਆ ਨਾ ਪਾਰਟੀ ਮੈਂ ਵੇਖਣ ਨੂੰ ਤਿਆਰ ਆ ਚੰਗੇ ਇਮਾਨਦਾਰ ਬੰਦੇ ਨੂੰ ਟਿਕਟ ਦੇ ਰਹੇ ਪਾਰਟੀ ਹੁਣ ਤੁਸੀਂ ਖੜੇ ਮੈਂ ਖੜਾ ਆਜ਼ਾਦ ਜੀ ਜੇ ਪਾਰਟੀ ਇਮਾਨਦਾਰ ਬੰਦੇ ਟਿਕਟ ਦਿੰਦੀ ਮੈਂ ਦਾਅਵੇ ਨਾਲ ਕਹਿੰਦਾ ਬੈਠਾਂਗਾ ਵੀ ਪਲੱਸ ਕੋਲ ਤੇ ਪੈਸਾ ਖਰਚ ਕੇ ਪਾਰਟੀ ਵਾਸਤੇ ਮਦਦ ਵੀ ਕਰਾਂਗਾ ਕਿੰਨਾ ਕੁ ਬਜਟ ਆ ਤੁਹਾਡਾ ਖਰਚਾ ਕਰਨ ਦਾ ਬਜਟ ਤਾਂ ਜਿੰਨਾ ਵੀ ਦੇਖੋ ਜਿੰਨੀ ਵੱਧ ਤੋਂ ਵੱਧ ਉਨੀ ਮਦਦ ਕਰਾਂਗੇ ਸਾਡੀ ਤਾਂ ਇੱਕੋ ਸੋਚ ਆ ਪੰਜਾਬ ਬਚਾਉਣਾ
निराश भी नहीं पार्टी नहीं समझ लो एक तरह का पासे करता पर फिर भी आप पहला किसी पार्टी विच नहीं सी अपनी जिंदगी च पहली बारी किसी पार्टी नाल काम करे आम आदमी पार्टी नाल इतों तक के 2014 तो पहला तो मैं किसी नूं वोट भी नहीं पूरी जिंदगी मैनूं पता नहीं पोलिंग बूथ च जाके करदे गए ते 14 दे विच आम आदमी पार्टी होण दे चाहे सानूं उहनां दीआं गल्लां ठीक लगियां इतों तक जदों सुनिया कि जी MLA की जिहड़ी रिकमेंडेशन आ उह भी बूथ इंचार्ज नहीं होगी सानूं भी देखो इह गल चंगी लगी आ सुभाविक गल आ असीं नवें बंदे दे राजनीति विच असीं कहिंदे इही जी पार्टी आवे तां वाकई पंजाब दे और देश दे हालात सुधर सकदे ਉਹਨੂੰ ਲੈ ਕੇ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਪਤਾ ਹੈ 5 ਸਾਲ ਦੇ ਕਰੀਬ ਬਤੌਰ ਮੀਡੀਆ ਇੰਚਾਰਜ ਮੈਂ ਜ਼ਿਲ੍ਹੇ ਦਾ ਕੰਮ ਕੀਤਾ ਹੈ ਅਤੇ ਜਿੰਨੇ ਹੋ ਸਕੇ ਆਪਣੀ ਹੈਸੀਅਤ ਮੁਤਾਬਕ ਮੁੱਦੇ ਵੀ ਚੱਕੇ ਪਰ ਹੌਲੀ ਹੌਲੀ ਜਦ ਅਸੀਂ ਵਿੱਚ ਜਾ ਕੇ ਦੇਖਦੇ ਰਹੇ ਕਿ ਮਤਲਬ ਕਈ ਵਾਰ ਤਾਂ ਇਹ ਮਹਿਸੂਸ ਹੋਇਆ ਕਿ ਹੋਰ ਪਾਰਟੀਆਂ ਤਾਂ ਸਿਰਫ ਲੋਕਾਂ ਦਾ ਸ਼ੋਸ਼ਣ ਕਰਦੀਆਂ ਹੈ ਲੇਕਿਨ ਸਾਡੀ ਪਾਰਟੀ ਇੱਥੇ ਤੱਕ ਪਹੁੰਚ ਗਈ ਕਿ ਵਰਕਰਾਂ ਦਾ ਵੀ ਸ਼ੋਸ਼ਣ ਕਰ ਸਮੇਤ ਲੋਕ ਜਦੋਂ ਡੇਢ ਸਾਲ ਪਹਿਲਾਂ ਦੀ ਗੱਲ ਆ ਕਿ ਅਮਰਜੀਤ ਸਿੰਘ ਸਲੋਵਾ ਪਾਰਟੀ ਛੱਡ ਗਏ ਸੀ ਇੱਥੇ ਸਾਡਾ ਹਲਕਾ ਲਵਾਰਸ ਸੀ ਪੂਰਾ ਰੋਪੜ ਦਾ ਕਿਉਂਕਿ ਚੀਮਾ ਸਾਹਿਬ ਦੇਖੋ ਉਸ ਪਾਰਟੀ ਨੂੰ ਸੰਭਾਲਦੇ ਅਕਾਲੀ ਦਲ ਨੂੰ ਢਿੱਲੋਂ ਸੀ ਇੱਥੇ ਉਹ ਕਾਂਗਰਸ ਨੂੰ ਅਸੀਂ ਪਾਰਟੀ ਨੂੰ ਕਿਹਾ ਬੇਨਤੀ ਕਰੀ ਵੀ ਦੇਖੋ ਇੱਥੇ ਸਾਡਾ ਕੋਈ ਵੀ ਬੰਦਾ ਇਸ ਟਾਈਮ ਹੈ ਸੰਦੋਵਾਲ ਸਾਹਿਬ ਕਾਂਗਰਸ ਵਿੱਚ ਚਲੇ ਗਏ ਤੇ ਘੱਟੋ ਘੱਟ ਕਿਸੇ ਖਬਰ ਦਾ ਕਾਊਂਟਰ ਕਰਨਾ ਅਸੀਂ ਪਾਰਟੀ ਦੀ ਹੋਂਦ ਕਾਇਮ ਰੱਖਣੀ ਹੈ ਇਲਾਕੇ ਚ ਫਿਰ ਇੱਕ ਸਾਡਾ ਫੈਸਲਾ ਹੋਇਆ ਜਿੰਨੇ ਸਾਡੇ ਰੋਪੜ ਜ਼ਿਲ੍ਹੇ ਦੇ ਅਹੁਦੇਦਾਰ ਤੇ ਸਮੇਤ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲੇਡੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹੋਰ ਛੋਟੇ ਅਹੁਦੇ ਵੀ ਸ਼ਹਿਰੀ ਪ੍ਰਧਾਨ ਸਾਰਿਆਂ ਨੇ ਅਸੀਂ ਕੋਈ 60 ਅਹੁਦੇਦਾਰਾਂ ਨੇ ਸਰਬਸੰਮਤੀ ਦੇ ਗੱਲ ਇੱਕ ਮਤਾ ਲਿਖ ਕੇ ਨਾ ਪਾਰਟੀ ਨੂੰ ਭੇਜਤਾ ਮੇਰੇ ਨਾਮ ਦਾ ਉਹ ਕਹਿੰਦੇ ਵੀ ਜਦੋਂ ਕੁਛ ਹੋਰ ਨਹੀਂ ਹੁੰਦਾ ਉਦੋਂ ਤੱਕ ਰਣਜੀਤ ਸਿੰਘ ਪਟਿਆਲਾ ਨੂੰ ਹਲਕਾ ਇੰਚਾਰਜ ਅਸੀਂ ਰਿਕਮੈਂਡ ਕਰਦੇ ਆ ਪਾਰਟੀ ਨੂੰ ਬੇਨਤੀ ਕਰਦੇ ਕਿ ਉਹਨਾਂ ਨੂੰ ਲਾਓ ਮਤਲਬ ਇਹ ਕੋਈ ਵੀ ਰੋਪੜ ਜ਼ਿਲ੍ਹੇ ਦਾ ਅਹੁਦੇਦਾਰ ਛੋਟੇ ਤੋਂ ਛੋਟਾ ਦਰਜਾ ਵਾ ਦਰਜਾ ਨਹੀਂ ਰਿਹਾ ਜਿਹਨੇ ਸਹਿਣ ਨਹੀਂ ਕਰੀ ਸਰਬਸੰਮਤੀ ਗੱਲ ਇਹਨਾਂ ਨੇ ਕਰਕੇ ਉੱਥੇ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਤੇ ਪਲੱਸ ਮੈਨੂੰ ਸਰੋਪਾ ਪਾ ਕੇ ਇਹਨਾਂ ਨੇ ਕਹਿਤਾ ਜੀ ਤੁਸੀਂ ਹਲਕਿਆਂ ਦਾ ਕੰਮ ਸਾਂਭੋ ਕਿ ਵੈਸੇ ਵੀ ਤੁਸੀਂ ਮੀਡੀਆ ਸਾਂਭ ਰਹੇ ਹੋ ਤੁਸੀਂ ਹੁਣ ਤੁਹਾਨੂੰ ਹੋਲੀ ਚੋਲੀ ਇੰਚਾਰਜ ਬਣਾ ਦਿੱਤਾ ਲੇਕਿਨ ਉਹ ਪਾਰਟੀ ਦੇ ਉੱਪਰਲੇ ਬੰਦਿਆਂ ਨੇ ਇਹ ਗੱਲ ਐਕਸੈਪਟ ਕੀਤੀ ਉਦੋਂ ਫਿਰ ਮੈਂ ਸੋਚਿਆ ਵੀ ਇਹ ਲੋਕਤੰਤਰ ਕਿੱਥੇ ਰਹਿ ਗਿਆ ਗੱਲ ਇਹ ਨਹੀਂ ਕਿ ਮੈਨੂੰ ਨਹੀਂ ਬਣਾਇਆ ਜੇ ਮੇਰੀ ਜਗ੍ਹਾ ਹੋਰ ਦਾ ਰਿਕਮੈਂਡ ਕਰਦੇ ਨਾ ਆਪਾਂ ਉਹਨੂੰ ਵੀ ਨਾ ਕਰਦੇ ਤਾਂ ਵੀ ਸਾਨੂੰ ਇਹ ਦੁੱਖ ਹੋਣਾ ਕਿਉਂਕਿ ਜਿਸ ਲੋਕਤੰਤਰ ਨੂੰ ਸਮਝ ਕੇ ਜਿੱਥੇ ਸਾਨੂੰ ਇਹ ਗੱਲ ਸਿਖਾਈ ਗਈ ਸੀ ਕਿ ਬੂਥ ਇੰਚਾਰਜ ਰਿਕਮੈਂਡ ਕਰੇਗਾ MLA ਕੌਣ ਬਣੂਗਾ ਟਿਕਟ ਕਿਹਨੂੰ ਮਿਲੂਗੀ ਪਰ ਇਹ ਸੀ ਕਿ ਸੋਚਿਆ ਕਿ ਇਹ ਤਾਂ ਪੂਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਨਕਾਰਤਾ ਉੱਪਰ ਵਾਲੇ ਨੇ ਉਹ ਕਹਿੰਦੇ ਇੱਕ ਨਾ ਨਹੀਂ ਹੋਊਗਾ ਇੱਕ ਨਾ ਤੁਸੀਂ ਕੱਲ ਨੂੰ ਉਮੀਦਵਾਰ ਦਾ ਵੀ ਕੋਈ ਕਹਿ ਦੂੰਗੇ ਵੀ ਉਹਨੂੰ ਦੋ ਵੀ ਇਹ ਤੁਹਾਡੀ ਗੱਲ ਨਹੀਂ ਮੰਨੀ ਜਾਣੀ ਇਹ ਪਾਰਟੀ ਆਪ ਦੇਖੇਗੀ ਹਲਕਾ ਇੰਚਾਰਜ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ ਅੱਛਾ ਰਣਜੀਤ ਜੀ ਇਹ ਦੱਸੋ ਵੀ ਜਿਹੜੀ ਸਿਆਸਤ ਆ ਭਾਵੇਂ ਉਹ ਇਹ ਨਵੀਂ ਪਾਰਟੀ ਚ ਹੋ ਕੇ ਆਈ ਹੈ ਭਾਵੇਂ ਕਿਸੇ ਹੋਰ ਦੀ ਆ ਇਹ ਟਿਕਟ ਤੇ ਆ ਕੇ ਖਤਮ ਹੋ ਜਾਂਦੀ ਹੈ ਨਹੀਂ ਦੇਖੋ ਟਿਕਟ ਤੇ ਨਹੀਂ ਹੁੰਦੀ ਜਦੋਂ ਇੱਕ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਮੈਂ ਤਾਂ ਬੋਲਦਾ ਨਹੀਂ ਪਾਰਟੀ ਦੇ ਖਿਲਾਫ ਹੁਣ ਮੈਂ ਚੁੱਪ ਆ ਕਿਉਂਕਿ ਪਾਰਟੀ ਉਹ ਬਾਹਰ ਆ ਪਾਰਟੀ ਦੇ ਸਿਸਟਮ ਹੈ ਸਾਰਾ ਮੇਰੇ ਖਿਆਲ ਜੋ ਅਸੀਂ ਸਮਝ ਕੇ ਪਾਰਟੀ ਵਿੱਚ ਆਏ ਸੀ ਪਾਰਟੀ ਨੂੰ ਚਾਹੀਦਾ ਇਹ ਸੀ ਕਿ ਆਪਣਾ ਇਮਾਨਦਾਰੀ ਕੇ ਇੱਕ ਹਲਕੇ ਚ ਸਰਵਾ ਕਰਾਉਂਦੀ ਕਿ ਕਿਹੜੇ ਕਿਹੜੇ ਬੰਦੇ ਨੂੰ ਟਿਕਟ ਦਿੱਤੀ ਜਾਂਦੀ ਕਿਹੜੇ ਨੂੰ ਮੰਨ ਲਓ ਕਿ 20 ਬੰਦਿਆਂ ਦਾ 9 ਲੋਕ ਲੈ ਦਿੰਦੇ ਹਲਕੇ ਦੇ ਤੇ ਉਹ 20 ਬੰਦਿਆਂ ਵਿੱਚੋਂ ਫਿਰ ਦੁਬਾਰਾ ਸਰਵਾ ਕਰਾਉਂਦੀ ਲੋਕਾਂ ਨੂੰ ਦੱਸਦੀ ਵੀ ਆਹ 20 ਬੰਦੇ ਤੁਸੀਂ ਚੁਣੇ ਹੁਣ 20 ਚੋਂ ਇੱਕ ਦੱਸੋ ਕੌਣ ਵਧੀਆ ਜਿਹੜਾ ਇੱਕ ਬੰਦੇ ਪਰ ਫਿਰ ਦੁਬਾਰਾ ਵੋਟਿੰਗ ਹੋ ਜਾਂਦੀ ਉਹਨੂੰ ਟਿਕਟ ਦੇ ਦਿੰਦੇ ਬਹੁਤ ਚੰਗੀ ਗੱਲ ਸੀ ਪਰ ਪਾਰਟੀ ਦੇ ਵਿੱਚ ਨਾ ਦੇਖੋ ਅੱਜ ਜਿਹੜਾ ਬੰਦੇ ਨੂੰ ਨਹੀਂ ਕੁਝ ਮਿਲਦਾ ਉਹ ਤੜਪਦਾ ਮੈਂ ਉਹਨਾਂ ਵਿੱਚ ਨਹੀਂ ਹੈਗਾ ਪਰ ਮੈਨੂੰ ਦੁੱਖ ਲੱਗਿਆ ਇਹ ਗੱਲ ਦਾ ਕਿ ਹੱਥੀ ਬੂਟੇ ਲਾਏ ਵੇ ਮਰਜਾਉਣ ਵੱਲ ਜਾ ਇਹਨਾਂ ਨੇ ਪਿੱਛੇ ਜਦੋਂ ਢਾਂਚਾ ਭੰਗ ਕਰਨਾ ਸੀ ਨਾ ਪੰਜਾਬ ਦਾ ਇਹਨਾਂ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਵਾਰੀ ਵਾਰੀ ਚੰਡੀਗੜ੍ਹ ਦਫ਼ਤਰ ਚ ਬੁਲਾਏ ਦੇਖੋ ਚਾਹੀਦਾ ਇਹ ਸੀ ਇੱਕ ਅਸੀਂ ਸਧਾਰਨ ਬੁੱਧੀ ਦੇ ਬੰਦੇ ਵੀ ਸੋਚਦੇ ਆ ਚਾਹੀਦਾ ਇਹ ਸੀ ਕਿ ਜ਼ਿਲ੍ਹਾ ਪ੍ਰਧਾਨ ਨੂੰ ਇਹ ਕਹਿੰਦੇ ਵੀ ਤੁਸੀਂ ਇੰਨੀ ਦੇਰ ਜ਼ਿਲ੍ਹੇ ਦੀ ਪ੍ਰਧਾਨਗੀ ਦੀ ਸੇਵਾ ਕਰੀ ਆ ਹੁਣ ਤੁਹਾਨੂੰ ਅਸੀਂ ਪੰਜਾਬ ਦਾ ਅਹੁਦਾ ਦੇਣਾ ਇਹਦੀ ਜਗ੍ਹਾ ਹੋਰ ਬੰਦਾ ਜਾਂ ਤੁਸੀਂ ਦਿਓ ਜਾਂ ਸਾਨੂੰ ਦੱਸੋ ਅਸੀਂ ਦੇਖੀਏ
पर इन्होंने नहीं किया। इन्होंने देखो अजे कहने च कोई ग्रेज नहीं, भगवंत मान समेत जेडे पांच चार बंदे सी दिल्ली वाले उन्होंने एक कमरे च बाड़े प्रधान चंडीगढ़ दफ्तर च उन्होंने कहता भी थानू कल तो बाद प्रधान की तो हटा देना, पर जे तुसी कोई शोर शराबा करिया ड्रामा करिया पार्टी के खिलाफ भुगते ता फिर देखो जोगिंदर यादव का क्या हाल होया, प्रशांत कुमार का क्या हाल होया, कुमार विश्वास का क्या हाल होया है। मतलब जिन्हें लीडर इन्होंने कढ़ते उन्होंने नौ गणाए गए उत्थे भी वह देखो कित्थे पहुंच गए, मतलब एक दबका है। पार्टी दे कुछ बंदे नूं फोन करके बुलाया जेड़े पैसे दे सकते सी, उन्होंने कहा पार्टी फंड चाहिए उत्थे हुण जग औलख साहब नूं बुलाया तां मैनूं वैसे नाल लगे गड्डी समझ लो, पर उत्थे जाके इन्होंने कहा भी जिन्हां नूं असीं फोन कीते आ ਉਹ ਬੰਦੇ ਅੰਦਰ ਜਾਓ, ਜਿਹੜੇ ਨਾਲ ਵੈਸੇ ਆ ਗਏ ਹਰੀ ਦੋਸਤੀ ਚ ਉਹ ਬਾਹਰ ਬੈਠੋ। ਉਹ ਵਿਚਾਰੇ ਬਾਹਰ ਬੈਠ ਗਏ, ਅੰਦਰ ਉਹਨਾਂ ਤੋਂ ਪੈਸੇ ਵੀ ਲਿੱਤੇ, ਫੰਡ ਕਹਿ ਕੇ ਵੀ ਪਾਰਟੀ ਨੂੰ ਪੈਸੇ ਦੀ ਲੋੜ ਆ। ਚਲੋ ਪੈਸੇ ਦੀ ਲੋੜ ਆ ਅਸੀਂ ਨੀ ਕਹਿੰਦੇ, ਕੋਈ ਇਹ ਨੀ ਕਿ ਉਹਨਾਂ ਨੇ ਆਪਣੇ ਮਕਾਨ ਛੱਤ ਲਏ, ਪਰ ਮੇਰਾ ਖਿਆਲ ਆ ਵੀ ਜੇ ਜਿੰਨੀ ਇਹ ਲੋਕਤੰਤਰ ਦਾ ਆਪਾਂ ਰੌਲਾ ਪਾਇਆ ਉਹ ਚਾਹੀਦਾ ਇਹ ਸੀ ਕਿ ਇੱਕ ਬੰਦੇ ਨੂੰ ਮੇਨ ਨੂੰ ਔਲਖ ਸਾਹਿਬ ਨੂੰ ਕਹਿੰਦੇ ਵੀ ਆਹ ਫੜੋ 50,000 ਦੀ ਰਸੀਦ ਬੁੱਕ, ਇਹ ਤੁਸੀਂ ਕਲੈਕਸ਼ਨ ਕਰਨੀ ਲੋਕਾਂ ਤੋਂ, ਸਾਨੂੰ ਲਿਆ ਕੇ ਦਿਓ। ਈਵਨ ਦੈਟ ਜਿਹੜੇ ਬੰਦੇ ਤੋਂ ਉੱਥੇ ਪੈਸੇ ਲਿੱਤੇ ਆ ਹੁਣ ਇਹ ਤਾਂ ਦੱਸੇ ਕੋਈ ਨਾ ਦੱਸੇ, ਕਈ ਬੰਦੇ ਵਿਚਾਰੇ ਇਸ ਕਰਕੇ ਦੱਸਦੇ ਵੀ ਉਹਨੂੰ ਆਏ ਆ ਵੀ ਸ਼ਾਇਦ ਸਰਕਾਰ ਮੰਨ ਗਈ ਜੇ ਕੋਈ ਹੋਰ ਨੀ ਮੇਰੀ ਚੇਅਰਮੈਨ ਵੀ ਨਾ ਮਰ ਜਾਵੇ, ਕਈ ਇਸ ਚੱਕਰ ਵਿੱਚ ਵੀ ਵਿਚਾਰੇ ਹੈਗੇ ਆ, ਪਰ ਉਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੇ ਕਿਸੇ ਨੂੰ ਤੁਹਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਚ ਪੈਸੇ ਲੈ ਕੇ ਟਿਕਟਾਂ ਮਿਲਦੀਆਂ ਉਹ ਬਿਨਾਂ ਪੈਸੇ ਤੋਂ ਕੋਈ ਗੇਮ, ਜਿਹੜੀ ਵਰਕਰ ਵਾਲੀ ਆਮ ਬੰਦੇ ਦੀ ਗੱਲ ਕਰਦੇ ਆ ਜੀ ਗੱਲ ਹੈ ਨਹੀਂ, ਜੋ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਬੂਥ ਇੰਚਾਰਜ ਨੂੰ ਪੁੱਛੂਗੇ, ਬੂਥ ਇੰਚਾਰਜ ਨੂੰ ਕਿਹਾ ਪੁੱਛਣੇ ਕਿ ਜ਼ਿਲ੍ਹੇ ਦੀ ਪੂਰੀ ਲੀਡਰਸ਼ਿਪ ਨੇ ਇੱਕ ਬੰਦੇ ਵਾਸਤੇ ਲਿਖ ਕੇ ਦਿੱਤਾ ਹੋਵੇ ਵੀ ਇਹਨੂੰ ਕੋਈ, ਮੈਂ ਕੋਈ ਕਿਹਾ ਮੈਂ ਕੋਈ ਚੋਣ ਨਹੀਂ ਲੜਨੀ, ਸਾਨੂੰ ਸਿਰਫ ਹਲਕਾ ਸੰਭਾਲ ਲਿਆ ਤਾਂ ਸਾਨੂੰ ਦਰਦ ਹੁੰਦਾ ਕਿ ਸਾਡਾ ਮੇਨ ਬੰਦਾ ਨਹੀਂ ਕੋਈ ਹੈਗਾ, ਤੇ ਜਦੋਂ ਕੋਈ ਦੂਆ ਲੀਡਰ ਸਾਡੀ ਪਾਰਟੀ ਪਰ ਇਲਜ਼ਾਮ ਲਾਉਂਦਾ ਅਸੀਂ ਘੱਟੋ ਘੱਟ ਬਿਆਨ ਦੇ ਤੌਰ ਤੇ ਕਾਊਂਟਰ ਕਰ ਸਕੀਏ, ਉਹਦੇ ਬਰਾਬਰ ਦਾ ਸਾਡੇ ਕੋਲ ਉਹਦਾ ਹੋਊਗਾ ਤਾਂ ਹੀ ਲੋਕ ਸੁਣਦੇ ਆ, ਤੇ ਉਹ ਵੀ ਇਹਨਾਂ ਨੇ ਮੰਨਿਆ ਨਹੀਂ ਹੈਗਾ। ਅਸੀਂ ਮਤਲਬ ਇਸ ਗੱਲ ਨੂੰ 2-3 ਮਹੀਨੇ ਕਰਦੇ ਰਹੇ, ਮੈਂ ਤਾਂ ਦੇਖੋ ਫਿਰ ਪਿੱਛੇ ਹੋ ਗਿਆ ਕਿ ਇੱਥੇ ਕੋਈ ਫਾਇਦਾ ਨਹੀਂ ਹੈਗਾ, ਤੇ ਦੂਸਰੀ ਗੱਲ ਹੈ ਵੀ ਆਪਾਂ ਨੇ ਦੇਖੋ ਕਿਸੇ ਹੋਰ ਪਾਰਟੀ ਵਿੱਚ ਵੀ ਨਹੀਂ ਜਾਣਾ ਨਾ ਹੀ ਪਹਿਲਾਂ ਕਿਸੇ ਪਾਰਟੀ ਵਿੱਚ, ਪਹਿਲਾਂ ਰਾਜਨੀਤੀ ਬਦਲਣ ਦੀਆਂ ਗੱਲਾਂ ਹੋਈਆਂ ਜੇ ਜਿਹਨਾਂ ਵਿੱਚ ਅਸੀਂ ਵੀ ਆਏ ਆ, ਅਸੀਂ ਵੀ ਸੋਚਿਆ ਵੀ ਇਹ ਬਦਲੂਗੇ, ਦੇਖੋ ਅਸੀਂ ਵੀ ਬਦਲਾਓ ਵਾਸਤੇ ਹੀ ਆਏ ਆ, ਸਾਡਾ ਕੋਈ ਆਪਣਾ ਮਤਲਬ ਨਹੀਂ ਹੈਗਾ, ਕਿਉਂਕਿ ਮੈਂ ਤਾਂ ਆਪਾਂ ਨੂੰ ਤੁਸੀਂ ਲੋਕਲ ਬੰਦੇ ਸਾਰੇ ਜਾਣਦੇ ਆ, ਸਾਡੇ ਕੋਲ ਤਾਂ ਅਕਾਲ ਪੁਰਖ ਨੇ ਲੋੜਾਂ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਦਿੱਤਾ ਵਾ, ਦੂਈ ਰੱਬ ਦੀ ਇਹ ਕਿਰਪਾ ਕਿ ਸਾਡੀਆਂ ਲੋੜਾਂ ਸੀ ਵਾ, ਇਸ ਕਰਕੇ ਸਾਨੂੰ ਗੱਲ ਮੁੱਕਰੀ ਹੈ ਵੀ ਜਿੱਦਾਂ ਹੁਣ ਆਮ ਆਦਮੀ ਪਾਰਟੀ ਪਬਲਿਕ ਦੇ ਵਿੱਚ ਆਈ ਸੀਗੀ ਕੁਛ ਸਾਲ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਸਭ ਕੁਛ ਭ੍ਰਿਸ਼ਟਾਚਾਰ ਮੁਕਾਵਾਂਗੇ, ਇਹ ਕਰਾਂਗੇ ਉਹ ਕਰਾਂਗੇ, ਤੁਹਾਡੀਆਂ ਗੱਲਾਂ ਤੋਂ ਤੁਸੀਂ ਪਾਰਟੀ ਚ ਪਿਛਲੇ 7-8 ਸਾਲ ਤੋਂ ਰਹੇ, ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਵਰਗੀ ਕਰਪਟ ਹੋ ਗਈ ਜਾਂ ਕੋਈ ਇਮਾਨਦਾਰੀ ਬਚੀ? ਨਹੀਂ, ਉਹਨਾਂ ਤੋਂ ਅੱਗੇ ਲੰਘੀ ਹਾਂਜੀ, ਉਹਨਾਂ ਤੋਂ ਅੱਗੇ ਲੰਘੀ ਜੋ ਹਾਲਾਤ ਬਣ ਗਏ। ਦੇਖੋ ਇਹਨਾਂ ਨੇ ਕਿਹੜੇ ਮੁੱਦਿਆਂ ਦੇ ਅੱਗੇ ਲੰਘੀ ਉਹਨਾਂ ਬਣ ਗਏ, ਦੇਖੋ ਫਾਰ ਸਪੋਜ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਵਾਸਤੇ ਇੱਕ ਸਰਵਾ ਕਰਾਇਆ ਕਹਿੰਦੇ ਅਸੀਂ 4 ਬੰਦਿਆਂ ਦੇ ਨਾਮ ਤੇ, ਉਹਦੇ ਵਿੱਚ ਸਰਵਾ ਕਰਾ ਲਿਆ, ਸਾਨੂੰ ਵੀ ਫੋਨ ਆਏ, ਅਸੀਂ ਵੀ ਚਲੋ ਆਪਣੇ ਮੁਤਾਬਕ ਕਹਿ ਤਾ ਜੀ ਇਹ ਬੰਦੇ ਨੂੰ ਲਾ ਦੋ, ਪਰ ਜਦ ਪਤਾ ਲੱਗਿਆ ਕਿ ਜਿਹੜੇ ਬੰਦੇ ਦਾ ਸਰਵੇ ਵਿੱਚ 9 ਹੀ ਨਹੀਂ ਸੀ ਪਾਇਆ ਵਾ ਉਹਨੂੰ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ, ਜਿਹੜੇ 4 ਵਾਰ ਸਰਵਾ ਹੋਇਆ ਉਹਨਾਂ 4 ਵਾਰ ਵੀ ਲਾ ਦਿੰਦੇ, ਉੱਥੇ ਥੋੜੀ ਬਹੁਤੀ ਹੇਰਾਫੇਰੀ ਵੀ ਕਰ ਜਾਂਦੇ ਤਾਂ ਵੀ ਚੱਲ ਜਾਣਾ ਤਾ, ਲੇਕਿਨ ਉਹ ਏਡਾ ਚਿੱਟਾ ਨੰਗਾ ਇੱਕ ਤੁਸੀਂ ਕਰਦੇ ਆ ਵਖਰੇਵਾ ਜਾਂ ਝੂਠ ਕਹਿ ਲਈਏ ਇਹਨੂੰ, ਕਿਉਂ ਕਰਦੇ ਆ? ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ, ਕਿਉਂਕਿ ਅੱਜ ਲੋਕ ਚਾਹੁੰਦੇ ਸੀ ਕਿ ਸਾਨੂੰ ਸ਼ਾਇਦ ਅਕਾਲੀਆਂ ਤੋਂ ਤੇ ਕਾਂਗਰਸ ਤੋਂ ਕੋਈ ਬੰਦਾ ਬਚਾ ਸਕਦਾ ਹੈ, ਤੀਸਰਾ ਆਮ ਆਦਮੀ ਪਾਰਟੀ ਆ। ਨਹੀਂ, ਘੱਟੋ ਘੱਟ ਅਕਾਲੀਆਂ ਚ ਡਿਸਿਪਲਿਨ ਨਾਂ ਦੀ ਤਾਂ ਹੈਗੀ ਆ, ਮੈਂ ਤੁਹਾਨੂੰ ਇਹ ਕਹਿ ਰਿਹਾ ਤਾਂ ਇੱਥੇ ਤਾਂ ਕਿਸੇ ਬੰਦੇ ਚ ਡਿਸਿਪਲਿਨ ਸੰਤ ਲੱਗੇ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਹ ਪਾਰਟੀਆਂ ਲੋਕਾਂ ਦਾ ਸ਼ੋਸ਼ਣ ਕਰਦੀਆਂ, ਪਰ ਇਹ ਪਾਰਟੀ ਦਾ ਐਂ ਲੱਗਦਾ ਲੋਕਾਂ ਸਮੇਤ ਵਰਕਰਾਂ ਦਾ ਵੀ ਕਰਦਾ, ਉਹ ਵਰਕਰਾਂ ਦਾ ਨਹੀਂ ਕਰਦੇ ਹੈਗੇ, ਵਰਕਰ ਦਾ ਉੱਤੇ ਵਿਚਾਰੇ ਰੋਟੀ ਪਾਣੀ ਖਾਣ ਜੋਗੇ ਹੈਗੇ ਆ, ਇਹ ਵਰਕਰਾਂ ਦਾ ਵੀ ਕਰਦੇ ਆ। ਹੁਣ ਦੇਖੋ ਇਹਨਾਂ ਨੇ 5 ਬੰਦਿਆਂ ਨੂੰ ਕਹਿ ਦਿੱਤਾ ਕਿ ਜੀ ਤੁਹਾਡੇ ਤੋਂ ਇੱਕ ਨੋਟਿਸ ਕਰ ਦੇ ਦੇਣੀ ਹੈ, ਪਹਿਲੀ ਗੱਲ ਇਹ ਵੀ ਕਹਿੰਦੇ ਜੀ ਕਿਹਾ ਤੁਸੀਂ ਕਹੋ ਜੀ ਇੱਕ ਬੰਦੇ ਨੂੰ ਟਿਕਟ ਦੇਣੀ ਆ, ਇਹ ਲੋਕਾਂ ਚੋਂ ਸਰਵਾ ਹੋਇਆ ਵਾ, ਤੁਸੀਂ ਔਲਖ ਸਾਹਿਬ ਨਾਲ ਹੀ ਤੇ ਚੱਲਣਾ ਤੁਹਾਡੀ ਮਰਜ਼ੀ, ਨਹੀਂ ਚੱਲਣਾ ਨਾ ਮਨ ਚੱਲਣਾ, ਪਰ ਅਸੀਂ ਜੋ ਲੋਕਾਂ ਦਾ ਸਰਵਾ ਹੈ ਉਹ ਮੰਨ,
ਬੰਦਾ ਚੱਲ ਪੈਂਦਾ ਹੁਣ ਇਹ 20-20 ਲੱਖ ਰੁਪਏ ਦਾ ਇਹਦੇ ਪੋਸਟਰ ਲਵਾਤੇ ਯਾਨੀ ਜੈਲ ਸਿੰਘ ਨਗਰ ਤਾਂ 2 ਕੈਂਡੀਡੇਟ ਦੇ ਦਾਅਵੇਦਾਰ ਸੀ ਨਾ ਟਿਕਟ ਦੇ ਮੈਂ ਮੇਰੇ ਕੋਲ ਆਹੀ ਲੈਣ ਸੀ ਹੋਰ ਵੀ ਇੱਥੇ ਹੈ ਉਹਨਾਂ ਨੂੰ ਪੁੱਛ ਲਓ ਯਾਰ ਕਿੱਥੇ ਇੱਥੇ ਬੁਲਾ ਲਓ ਪੈਂਦਾ ਬੁਲਾ ਲਓ ਜੀ